ਅੱਜ ਸਾਡੇ ਨਾਲ ਆਏ ਹੋਏ ਨੇ ਹੇਮੰਤ। ਹੇਮੰਤ, ਸ਼ੋਅ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਤੁਹਾਨੂੰ। ਬਿਲਕੁਲ ਭਾਈ। ਅਬਰੋਡ ਗਏ ਹੋ ਕਦੀ? ਨਾ ਭਾਈ, ਕੋਸ਼ਿਸ਼ ਤਾਂ ਕਾਫੀ ਕਰੀ ਹੈ। ਐਕਚੁਅਲੀ ਮੇਰਾ ਆਈਲੈਟਸ 3.5 ਮਿੰਟ ਅਪ ਨਹੀਂ ਹੋ ਰਿਹਾ। ਕਿੰਨੇ? 3.5। ਮੇਰੇ ਆਪਣੇ ਨਿੱਜੀ 5.5 ਆਏ ਨੇ ਯਾਰ। ਆਏ ਨੇ? ਮੈਨੂੰ ਲੱਗਾ ਸੀ ਪੰਜਾਬ 'ਚ ਸਭ ਤੋਂ ਨਲਾਇਕ ਮੈਂ ਹੀ ਹਾਂ। ਨਾ ਨਾ ਭਾਜੀ, ਮੈਂ ਹੈਗਾ ਅੱਜ, ਤੁਸੀਂ ਇਕੱਲਾ ਨਹੀਂ ਫੀਲ ਕਰਨਾ। ਭਾਜੀ ਕੀ ਲੋੜ ਹੈ 3.5 ਪਿੰਡ ਲੈਣ ਦੀ ਜਦ ਮੈਂ ਬੈਠਾ। ਸੱਤਾ ਪ੍ਰਮੋਟਰ ਭਾਜੀ, ਭਾਜੀ ਸਤਿ ਸ਼੍ਰੀ ਅਕਾਲ, ਠੀਕ ਠਾਕ ਹੋ? ਹਾਂਜੀ ਹਾਂਜੀ। ਦਰਅਸਲ ਨਾ ਮੈਨੂੰ ਪਤਾ ਲੱਗਿਆ ਵੀ ਤੁਸੀਂ ਕਮੇਡੀ 'ਚ ਬੜੇ ਐਕਸਪਰਟ ਹੋ। ਸਹੀ ਪਤਾ ਲੱਗਾ। ਮੈਂ ਨਾ ਸ਼ੋਅ ਕਰਵਾ ਰਿਹਾ ਪੂਰੇ ਵਰਲਡ ਦਾ, UK, ਕੈਨੇਡਾ। ਅੱਛਾ ਜੀ, ਤੁਸੀਂ ਮੈਨੂੰ ਆਪਣੀ ਪੇਮੈਂਟ ਦੱਸੋ, ਪਰ ਜ਼ਿਆਦਾ ਮੂੰਹ ਨਹੀਂ ਅੱਡਣਾ। ਦੱਸੋ ਪੇਮੈਂਟ, ਦੱਸੋ ਵੀਰੇ। ਤੂੰ ਮੇਰੀ ਪੇਮੈਂਟ ਬਾਰੇ ਛੱਡ, ਤੂੰ ਮੈਨੂੰ ਇਹ ਦੱਸ, ਇਹਨਾਂ ਹੱਥਾਂ ਨਾਲ ਇੱਕ ਦਿਨ ਦੇ ਵਿੱਚ 1000 ਦੀ ਪਰਚੀਆਂ ਕਿੰਨੀ ਦੇਰ 'ਚ ਗਿਣ ਲੈਂਦਾ? ਬਿਨਾਂ ਥੁੱਕ ਲਾਏ ਦੱਸ ਦੇ। ਭਾਜੀ ਮੈਂ ਸੀਰੀਅਸ ਹਾਂ ਯਾਰ, ਤੁਸੀਂ ਮਜ਼ਾਕ ਕਰੀ ਜਾਂਦੇ ਹੋ। ਦੱਸੋ ਪੇਮੈਂਟ, ਦੱਸੋ ਯਾਰ। ਭਾਜੀ ਤੁਸੀਂ ਦੱਸ ਦੋ, ਦੇਖ ਲਓ। 2 ਲੱਖ ਰੁਪਏ ਐਕਸਕਲੂਡਿੰਗ ਅਕੋਮੋਡੇਸ਼ਨ ਐਂਡ ਟਰੈਵਲ, ਬਾਕੀ ਆਪਾਂ ਕਰ ਲਾਂਗੇ। ਤੂੰ ਕੀ ਲਵਾਨਾ, ਕੀ ਲਵਾਨਾ ਦੱਸੀ, ਮੈਨੂੰ ਵੀ ਦੱਸ ਕੀ ਲਵਾਨਾ ਨੂੰ। ਵੀਰੇ ਬਾਹਰ ਦੀ ਫਾਈਲ ਲਾਉਣਾ। ਅੱਛਾ, ਉਧਰ ਟੂਰ ਲਾਉਣੇ ਆ, ਦੇਖੀ ਮੇਰੇ ਸ਼ੋਅ। ਉੱਥੋਂ ਪੈਸੇ ਵੀ ਕਮਾਉਣਾ? ਪੂਰੇ ਪੈਸੇ। ਤਾਂ ਫਿਰ ਹੁਣ ਘਰ 'ਚ ਟਾਈਲਾਂ ਲਵਾ, ਗੀਜ਼ਰ ਲਵਾ, ਟੂਟੀਆਂ ਲਵਾ, ਤਾਂ ਕਿ ਤੂੰ ਸਰਦੀਆਂ 'ਚ ਨਹਾਵੇਂ। ਗੋਡੇ ਗੋਡੇ ਮੁਸ਼ਕ ਮਾਰਦੇ, ਬਹੁਤ ਦੀ ਟੂਰ ਲਵਾਉਣਾ ਮੈਂ। ਭਾਜੀ ਇਹਨੂੰ ਛੱਡੋ, ਤੁਸੀਂ ਆਪਣੀ ਪੇਮੈਂਟ ਦੱਸੋ, ਥੋੜ੍ਹਾ ਜਿਹਾ ਘੱਟ ਕਰੋ, ਨਾਲੇ ਪੇਮੈਂਟ ਦੱਸੋ। ਇਹ ਨਾ ਹੋਵੇ ਕਿਤੇ ਕਿ ਤੁਹਾਡੀ ਜਗ੍ਹਾ 'ਤੇ ਮੈਂ ਕਿਸੇ ਹੋਰ ਦਾ ਟੂਰ ਲਵਾ ਦੇਵਾਂ। ਅੱਛਾ ਹੇਮੰਤ, ਕਹੇ ਮੇਲੇ 'ਚ ਜਾਈਏ ਨਾ, ਇਹੋ ਜਿਹਾ ਬਾਂਦਰ ਪਲਾਸਟਿਕ ਦਾ ਉਹਨਾਂ ਨੇ ਬੰਨ ਕਵਾਇਆ ਹੁੰਦਾ, ਨਾਲ ਬੰਨ ਕੇ ਨਾ ਉਹ ਲੱਕੜਾ ਲਈ ਬੰਨਿਆ ਹੁੰਦਾ, ਥੱਲੇ ਤੀਲਾ ਤੁੰਨਿਆ ਹੁੰਦਾ, ਦੇ ਤੀਲਾ ਉੱਤੇ ਥੱਲੇ ਕਰਨਾ ਇੰਜ ਕਰ। ਬਿਲਕੁਲ ਇੰਜ, ਬਿਲਕੁਲ ਇੰਜ ਗਿਆ। ਸ਼ੋਅ ਲਵਾਉਣਾ, ਜਾਣਾ ਨਾ ਬਾਹਰ। ਫਿਰ ਇਹਨੂੰ ਕਿਸੇ ਨੇ ਪੁੱਛਿਆ ਵੀ, ਫਿਰ ਇਹਨੂੰ ਕਿਸੇ ਨੇ ਪੁੱਛਿਆ ਵੀ ਇੰਜ ਕਿਉਂ ਕਰ ਰਿਹਾ, ਇਹਦਾ ਇੰਨਾ ਤੀਲਾ ਭਾਜੀ। ਤੂੰ ਮੇਰੇ ਨਾਲ ਪੰਗਾ ਨਾ ਲੈ, ਠੀਕ ਹੈ? ਸਿਆਲਾਂ ਦੇ ਵਿੱਚ ਨਾ ਉਹ ਗੱਚਕ ਰਿਓੜੀਆਂ ਮੂੰਗਫਲੀਆਂ ਵੇਚਣ ਨਾ ਲਾਇਆ ਨਾ, ਤਾਂ ਮੇਰਾ ਨਾਮ ਵੀ ਤੱਤਾ ਜੱਟ ਨਹੀਂ, ਸਾਰੇ ਆਰਟਿਸਟ ਥੱਲੇ ਲਾਏ ਹੋਏ ਆ ਵੀਰੇ। ਮੈਂ ਵੀਰੇ ਦੇਖਣ ਨੂੰ ਜਿੰਨਾ ਥੱਲੇ ਤੂੰ ਲੱਗਦਾ ਨਾ, ਮੈਨੂੰ ਲੱਗਦਾ ਨਹੀਂ ਤੇਰੇ ਥੱਲੇ ਕੋਈ ਹੋਰ ਲੱਗ ਸਕਦਾ, ਇੰਨੀ ਥੱਲੇ ਦਾਲ ਵੀ ਨਹੀਂ ਲੱਗਦੀ। ਗੰਨਾ ਹੁੰਦਾ ਨਾ ਗੰਨਾ, ਹਾਂਜੀ ਭਾਈ, ਗੰਨੇ ਦੀ ਘਨੇਰੀ, ਗੁੜ ਹੁੰਦਾ ਨਾ ਗੁੜ, ਗੁੜ ਨੂੰ ਮੁੱਕਾ ਮਾਰ ਕੇ ਭੰਨੀਏ, 4 ਇਹੋ ਜਿਹੇ ਪੀਸ ਹੋ ਜਾਂਦੇ ਆ। ਲਾ ਲਿਆ ਹਿਸਾਬ ਮੈਂ, ਨਹੀਂ ਕਰ ਸਕਦੇ ਤੁਸੀਂ ਸ਼ੋਅ ਬਾਹਰ। ਇੱਕ ਤਾਂ ਲੈ ਕੇ 9 ਤੱਕ ਤੇ ਤੈਨੂੰ ਗਿਣਤੀ ਆਉਂਦੀ ਆ, ਉਹਦਾ ਕੀ ਹਿਸਾਬ ਲਾ ਲਿਆ ਬਈ? ਸ਼ੋਅ ਹੀ ਨਹੀਂ ਕਰ ਸਕਦੇ ਤੁਸੀਂ ਬਾਹਰ। ਬਾਹਰ ਜਾਣਾ ਹੀ ਨਹੀਂ ਸਾਨੂੰ, ਤੁਹਾਡੇ ਦੇਸ਼ ਨਾਲ ਬੜਾ ਪਿਆਰ, ਅਸੀਂ ਇੱਥੇ ਹੀ ਰਹਿਣਾ। ਤੁਸੀਂ ਬਸ ਉਹੀ ਲਿਫਟਾਂ ਮੰਗਣ ਜੋਗੀ ਹੋ, ਐ ਲੈ ਕੇ ਜਾਈ ਵੀਰੇ, ਹੈਲੋ ਲੈ ਕੇ ਜਾਈ। ਓਏ ਓਏ, ਕੋਈ ਨਹੀਂ ਲੈ ਕੇ ਜਾਣਾ ਤੁਹਾਨੂੰ, ਕਿਸੇ ਨੇ ਹੀ ਲੈ ਕੇ ਜਾਣਾ, ਸਿਰਫ ਸੱਤੇ ਪ੍ਰਮੋਟਰ ਤੋਂ ਬਿਨਾ। ਮੰਨ ਲਓ ਭਾਜੀ ਮੌਕ ਹੈ, ਦੱਸੋ। ਉਹ ਵਰਡ ਸੁਣਿਆ ਕਬੂਤਰ ਬਾਜੀ? ਹਾਂਜੀ ਹਾਂ। ਭਲਾ ਕਿੱਥੋਂ ਬਣਿਆ? ਨਹੀਂ ਨਹੀਂ ਇਹਨੇ ਕੀਤੀ ਨਹੀਂ, ਇਹ ਆਪ ਕਬੂਤਰ ਹੈ। ਨਹੀਂ ਦੇਖ ਸਕਦੇ ਤੁਸੀਂ, ਤੇਰੀ ਤਾਂ ਜਮਾ ਹੀ ਕਾਤ ਨਹੀਂ ਹੈਗੀ, ਤੈਨੂੰ ਕੀ ਪਤਾ 5-star ਹੋਟਲ 'ਚ ਬੈਠਣਾ, ਉੱਥੇ ਵਧੀਆ ਵਧੀਆ ਪਲੇਟਾਂ 'ਚ ਸਜਾ ਕੇ ਰੋਟੀ ਖਾਣੀ, ਖਾਣਾ ਕਿਸੇ ਇੱਕ 5-star ਹੋਟਲ ਦਾ ਨਾਂ ਲੈ ਦੇ ਨਿੱਜੀ, ਤੈਨੂੰ 5 ਰੁਪਏ ਜੇਬ 'ਚ ਦਾਂਗਾ। ਤੂੰ ਮੇਰੇ ਨਾਲ ਚੱਲਣਾ, ਟੂਰ ਲਵਾਉਣਾ, ਤੈਨੂੰ 5-star ਛੱਡ, ਤੂੰ ਸਾਰੇ ਪਾਸੇ ਬਾਹਰ ਦੇ, ਕ੍ਰੂਜ਼ 'ਚ ਬਾਹਰ ਦੀਆਂ ਤੂੰ 5 ਕੰਟਰੀਆਂ ਦੇ ਨਾਂ ਲੈ ਦੇ, ਮੇਰੇ ਕੋਲ 5 ਰੁਪਏ ਹੋਣੇ ਲੈ। ਉਹੀ ਕੰਟਰੀਆਂ ਦੇ ਵੀਜ਼ੇ ਲਵਾਉਂਗਾ, ਤੂੰ ਬਾਹਰ ਆ, ਆ ਜਾ। ਕਿਹੜੀ ਕਿਹੜੀ ਕੰਟਰੀ ਦਾ ਵੀਜ਼ਾ? ਮੈਂ ਫਾਈਲ ਰੈਡੀ ਕਰਦਾ, ਉਹੀ ਕੰਟਰੀਆਂ 'ਚ ਲੈ ਕੇ ਜਾਊਂਗਾ ਜਿੱਥੇ ਤੇਰੀ ਔਕਾਤ ਆ ਜਾਣ ਦੀ। ਭਾਜੀ ਜਿਹੜੇ 5-star ਹੋਟਲ ਹੁੰਦੇ ਨਾ, ਉਹਨਾਂ ਦੇ ਜਿਹੜੇ ਸਟਾਰ ਹੈ ਤੁਹਾਡੇ ਤੋਂ ਥੋੜੇ ਵੱਡੇ ਆ, ਮਤਲਬ ਉਦਾਂ ਕਹਿ ਰਿਹਾ, ਥੋੜੇ 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 ਥੋੜੇ। ਕੋਈ ਗੱਲ ਨੀ, ਚਲੋ ਲੈਣਾ। ਹਾਂ ਮੈਂ ਚੱਲਿਆ, ਦਫਾਓ 1.5 ਲੱਖ। ਚਲੋ 1.99 ਕਰ ਲੈਂਦੇ ਤੁਹਾਡੇ ਵਾਸਤੇ, ਟਰੈਵਲ ਕਰ ਲੂੰਗਾ। ਚਲੋ ਵਿੱਚ ਉਹ ਹੇਮੰਤ ਤੇ ਕੋਈ ਪ੍ਰਮੋਟਰ ਪ੍ਰਮੋਟਰ ਨਹੀਂ ਹੈਗਾ, ਠੱਗ ਹੈ ਇਹ। ਉਹ ਹੈ ਜਿਹੜੇ ਪਹਿਲਾਂ ਨਹੀਂ ਕਹਿੰਦੇ ਭਾਜੀ ਐਡਵਾਂਸ ਦਿਓ ਤੁਹਾਡਾ, ਮੈਂ ਕਹਿੰਦਾ ਵੀਜ਼ਾ ਕੱਲ੍ਹ ਹੀ ਲਵਾ ਦੇਣਾ, ਫਿਰ ਕੱਲ੍ਹ ਗਾਇਬ ਹੋ ਜਾਂਦਾ।